ਇਹ ਇੱਕ ਪੱਖੇ ਨੁਮਾ ਪੂੰਛ ਵਾਲਾ ਪੰਛੀ। ਇਹ ਆਮ ਤੋਂ ਹਟ ਕੇ ਇੱਕ ਖਿਡੌਣਾ ਹੈ। ਤੁਹਾਨੂੰ ਇੱਕ ਪੈੱਨ ਦਾ ਪੁਰਾਣਾ ਰੀਫਿਲ ਚਾਹੀਦਾ ਹੈ, ਇੱਕ ਪਿੰਨ, ਗੂੰਦ, ਸੂਈ, ਧਾਗਾ ਅਤੇ ਕਾਗਜ਼ ਵੀ ਚਾਹੀਦਾ ਹੈ। ਤੁਸੀਂ 6 cm × 3 cm ਦੇ ਕਾਗਜ਼ ਦੀ ਇੱਕ ਫੱਟੀ ਲਵੋ। ਦੋ ਕਾਗਜ਼ ਦੀਆਂ ਫੱਟੀਆਂ ਦਿਖਾਏ ਅਨੁਸਾਰ ਨਿਸ਼ਾਨ ਲਗਾ ਕੇ ਦੋ ਤਿਹਾਈ 'ਤੇ ਕੱਟੋ। ਹੁਣ ਗੂੰਦ ਲਗਾ ਕੇ ਫੱਟੀਆਂ ਆਪਸ ਵਿੱਚ ਜੋੜੋ। ਉਹਨਾਂ ਦੇ ਕੋਨੇ ਦੋਹਰੇ ਮੋਟੇ ਅਤੇ ਤਾਕਤਵਰ ਹੋ ਜਾਣਗੇ। ਹੁਣ ਰੀਫਿਲ ਜੋ 1 cm ਲੰਬਾ ਹੈ ਅਤੇ ਅੰਦਰ ਪੇਪਰ ਪਿੰਨ ਪਾਓ। ਪਿੰਨ ਰੀਫਿਲ ਦੇ ਅੰਦਰ ਘੁੰਮੇਗਾ। ਦੋਨੋਂ ਫੱਟੀਆਂ ਦੇ ਦੋਨੋਂ ਕਿਨਾਰਿਆਂ 'ਤੇ ਗੂੰਦ ਲਗਾਓ ਅਤੇ ਪਿੰਨ ਦਾ ਪੁਆਇੰਟ ਜੋ ਕਿ ਪੂਰਾ ਕਿਹਾ ਜਾ ਧੁਰਾ ਕਿਹਾ ਜਾ ਸਕਦਾ ਹੈ ਨਾਲ ਚਿਪਕਾ ਦਿਓ। ਹੁਣ ਇਸ ਫੱਟੀ ਨੂੰ ਮੋੜ ਕੇ ਵਾਈ ਆਕਾਰ ਦੇ ਪ੍ਰੋਪੈਲਰ ਬਣਾਓ। ਫੱਟੀ ਆਪਣੇ ਆਪ ਹੀ ਇੱਕ ਅਦਭੁਤ ਪੱਖੀ ਬਣ ਜਾਵੇਗੀ। ਰੀਫਿਲ ਨੂੰ ਮੋੜਨ 'ਤੇ ਹਵਾ ਦੇਣ 'ਤੇ ਪੱਖਾ ਬਹੁਤ ਤੇਜ਼ੀ ਨਾਲ ਘੁੰਮੇਗਾ। ਹੁਣ ਇੱਕ ਓਰੀਗੈਮੀ ਪੰਛੀ ਇੱਕ ਸਖਤ ਕਾਗਜ਼ ਦੀ ਮਦਦ ਨਾਲ ਬਣਾਓ ਅਤੇ ਉਸ ਦੇ ਕੋਨਿਆਂ ਦੇ ਨਾਲ ਨਾਲ ਕੱਟ ਦਿਓ। ਇਸ ਦਾ ਨੀਚਲਾ ਹਿੱਸਾ ਅਲੱਗ ਹੋ ਜਾਵੇਗਾ। ਹੁਣ ਦੋਨੋਂ ਲੱਗਸ ਭਾਵ ਹਿੱਸਿਆਂ ਨੂੰ ਗੂੰਦ ਲਗਾਓ ਅਤੇ ਉਸ ਨੂੰ ਸੁੱਕਣ ਦਿਓ। ਹੁਣ ਪੱਖੇ ਦਾ ਰੀਫਿਲ ਲੱਗਸ ਦੇ ਵਿਚਕਾਰ ਜੋੜੋ। ਧਿਆਨ ਰੱਖੋ ਤਾਂ ਕਿ ਗੂੰਦ ਪਿੰਨ ਦੇ ਸਿਰੇ ਨੂੰ ਛੂਹ ਨਾ ਸਕੇ। ਪੰਛੀ ਹੁਣ ਤਕਰੀਬਨ ਤਿਆਰ ਹੈ। ਹਵਾ ਦੇਣ 'ਤੇ ਪੱਖਾ ਘੁੰਮੇਗਾ। ਅਖੀਰ ਅਖੀਰ ਵਿੱਚ ਪੰਛੀ ਦੇ ਉੱਪਰਲੇ ਹਿੱਸੇ ਭਾਵ ਹੰਪ ਨਾਲ ਇੱਕ ਧਾਗਾ ਜੋੜੋ। ਗੱਠ ਧਾਗੇ ਨੂੰ ਹਿੱਲਣ ਨਹੀਂ ਦੇਵੇਗੀ। ਹੁਣ ਉਸ ਧਾਗੇ ਨੂੰ ਪਕੜੋ ਅਤੇ ਪੰਛੀ ਨੂੰ ਹਿਲਾਓ। ਹੁਣ ਪੱਖੇ ਨੁਮਾ ਪੰਛੀ ਉੜੇਗਾ।